ਕਈ ਮਹੀਨੇ ਜਦੋਂ ਸੇਵਾ ਕੀਤੀ, ਆਖਰ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਆਵਾਜ਼ ਮਾਰੀ ਅਤੇ ਆਖਿਆ, ਪੁੱਤਰ ਗੰਗੂ ਸ਼ਾਹ ਇੱਧਰ ਆ। ਗੁਰੂ ਤੇਰੀ ਸੇਵਾ ਤੋਂ ਖੁਸ਼ ਹੋਇਆ, ਮਾਲਕ ਜੀ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੇ ਨਾਲ ਧੋਖਾ ਕਮਾਇਆ, ਸਤਿਗੁਰ ਮੈਨੂੰ ਬਖਸ਼ ਦਿਓ, ਮੈਂ ਤੁਹਾਡਾ ਹੀ ਖਾਤਾ ਬੰਦ ਕਰਤਾ ਸੀ, ਅੰਨਾ ਹੋ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਕਚੋਲਾ, ਮੈਂ ਮਾਇਆ 'ਚ ਅੰਨਾ ਹੋ ਗਿਆ। ਅਤੇ ਗੁਰੂ ਮਾਲਕ ਨੇ ਕਿਹਾ, ਕੋਈ ਗੱਲ ਨਹੀਂ, ਤੈਨੂੰ ਬਖਸ਼ਿਆ ਪੁੱਤਰ, ਜਾ ਫਿਰ ਦਿੱਲੀ ਦੀ ਧਰਤੀ 'ਤੇ। ਸਤਿਗੁਰ ਨੇ ਕੁਝ ਕੁ ਪੈਸਾ ਇਹਨੂੰ ਫੇਰ ਦਿੱਤਾ। ਮਾਲਕ ਨੇ ਕਿਹਾ, ਤੇਰੇ ਕਾਰੋਬਾਰ 'ਚ ਫਿਰ ਬਰਕਤਾਂ ਹੋਣਗੀਆਂ। ਗੁਰੂ ਤੋਂ ਫਿਰ ਇਹ ਪੈਸੇ ਲੈ ਕੇ, ਗੁਰੂ ਤੋਂ ਅਸੀਸ ਲੈ ਕੇ, ਅਤੇ ਨਾਲ ਗੁਰੂ ਨੂੰ ਬੇਨਤੀ ਕਰਦਾ, ਸਤਿਗੁਰ ਨਾਮ ਦੀ ਦਾਤ ਵੀ ਬਖਸ਼ਿਓ, ਕਿਤੇ ਕੱਲ੍ਹ ਫਿਰ ਮਾਇਆ ਦੇਖ ਕੇ ਮੇਰਾ ਦਿਮਾਗ ਨਾ ਘੁੰਮ ਜਾਵੇ, ਤੇਰੇ ਨਾਮ ਨਾਲ ਜੁੜਿਆ ਰਹਾਂਗਾ ਅਤੇ ਸਤਿਗੁਰ ਤੇਰੇ ਚਰਨਾਂ ਨਾਲ ਜੁੜ ਕੇ ਤੇਰੇ ਸਿੱਖਾਂ ਦੀ ਸੇਵਾ ਕਰਾਂਗਾ। ਫਿਰ ਇਹੀ ਗੰਗੂ ਸ਼ਾਹ ਨੇ ਗੁਰੂ ਘਰ ਲਈ ਬੜੇ ਪੈਸੇ ਭੇਜਣੇ, ਦਸਵੰਧ ਭੇਜਣਾ, ਗਰੀਬਾਂ ਦੀ ਮਦਦ ਕਰਨੀ। ਸੋ ਮੇਰਾ ਕਹਿਣ ਦਾ ਭਾਵ, ਸੰਗਤ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਉਹ ਨੇ ਜਿਹੜੇ ਮੇਰੇ ਮਾਲਕ ਜੀ ਗਰੀਬਾਂ ਦੀ ਮਦਦ ਕਰਨ ਵਾਲੇ ਨੇ, ਅਤੇ ਜਿਹੜੇ ਲੋਕ ਹੰਕਾਰੀ ਬਣ ਜਾਂਦੇ ਆ ਜਦੋਂ ਉਹ ਧਰਤੀ 'ਤੇ ਡਿੱਗ ਜਾਂਦੇ ਆ, ਉਦੋਂ ਨਿਮਰਤਾ ਸਹਿਤ ਬੇਨਤੀ ਕਰਦੇ ਆ, ਗੁਰੂ ਅਮਰਦਾਸ ਪਾਤਸ਼ਾਹ ਫਿਰ ਉਹਨਾਂ ਨੂੰ ਬਖਸ਼ਦੇ ਆ। ਦੋ ਚਾਰ ਗੱਲਾਂ ਹੋਰ ਬੜੀ ਜ਼ਰੂਰੀ ਧਿਆਨ ਦੇ ਕੇ ਸੁਣਿਓ, ਜੋ ਗੁਰੂ ਅਮਰਦਾਸ ਪਾਤਸ਼ਾਹ ਨਾਲ ਜੁੜੀਆਂ ਹੋਈਆਂ ਸਾਨੂੰ ਨਹੀਂ ਪਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ ਉੱਤੇ ਅਕਬਰ ਆਇਆ ਜੀ, ਬਾਦਸ਼ਾਹ ਅਕਬਰ। ਜਦੋਂ ਸਤਿਗੁਰ ਦੇ ਦਰਬਾਰ ਵਿੱਚ ਪਹੁੰਚਿਆ ਨਾ, ਗੁਰੂ ਮਾਲਕ ਜੀ ਦੇ ਘਰ ਦੀ ਰੋਹ ਰੀਤ ਦੇਖ ਕੇ ਬੜਾ ਹੈਰਾਨ ਹੋਇਆ, ਅਤੇ ਗੁਰੂ ਮਾਲਕ ਜੀ ਦੇ ਜਦੋਂ ਘਰ ਵਿੱਚ ਸੰਗਤ ਕਰਨ ਲੱਗਾ, ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ, ਪਹਿਲਾਂ ਸੰਗਤ ਨਹੀਂ, ਤੂੰ ਪਹਿਲਾਂ ਪੰਗਤ ਕਰਕੇ ਆ, ਪਹਿਲਾਂ ਲੰਗਰ ਛੱਕ ਕੇ ਆ। ਹੁਣ ਅਕਬਰ ਬਾਦਸ਼ਾਹ ਵਰਗਾ ਬੰਦਾ ਜਿਹਦੇ ਘਰ ਦੇ ਵਿੱਚ ਸ਼ਾਹੀ ਖਾਣੇ ਬਣਦੇ ਹੋਣ ਅਤੇ ਚੰਗੀ ਥਾਂ 'ਤੇ ਉਹ ਬੈਠ ਕੇ ਖਾਂਦਾ ਹੋਵੇ, ਅੱਜ ਗੁਰੂ ਮਾਲਕ ਜੀ ਦੀ ਪੰਗਤ ਵਿੱਚ ਬੈਠ ਕੇ ਜਦੋਂ ਉਹਨੇ ਸਾਦਾ ਜਾਂ ਪ੍ਰਸ਼ਾਦਾ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਤੋਂ ਛਕਿਆ, ਬੜਾ ਹੈਰਾਨ ਹੋਇਆ, ਬੜਾ ਖੁਸ਼ ਹੋਇਆ ਕਿ ਇੰਨਾ ਸਵਾਦ ਗੁਰੂ ਮਾਲਕ ਜੀ ਦੇ ਘਰ ਵਿੱਚ ਖਾਣਾ। ਅਤੇ ਇੱਥੇ ਬਹੁਤ ਵੱਡੀ ਗੱਲ, ਸਾਰਿਆਂ ਨੂੰ ਇੱਕ ਪੰਗਤ 'ਚ ਬਿਠਾਇਆ ਜਾਂਦਾ, ਕੋਈ ਜਾਤ ਪਾਤ ਦਾ ਰੌਲਾ ਨਹੀਂ ਹੈ, ਕੋਈ ਊਚ ਨੀਚ ਦਾ ਰੌਲਾ ਨਹੀਂ ਹੈ, ਕੋਈ ਕਾਲੇ ਅਤੇ ਗੋਰੇ ਅਤੇ ਕੋਈ ਅਮੀਰ ਅਤੇ ਗਰੀਬ ਦਾ ਰੌਲਾ ਨਹੀਂ ਹੈ, ਸਾਰਿਆਂ ਨੂੰ ਇੱਕ ਪੰਗਤ 'ਚ ਬਿਠਾਇਆ ਜਾਂਦਾ ਆ। ਗੁਰੂ ਮਾਲਕ ਨੇ ਇੱਕ ਪੰਗਤ ਵਿੱਚ ਬਿਠਾ ਕੇ ਜਦੋਂ ਇਹਨੂੰ ਲੰਗਰ ਛਕਾਇਆ ਨਾ ਜੀ, ਅਤੇ ਸਤਿਗੁਰ ਨੂੰ ਕਹਿਣਾ, ਮਾਲਕ ਤੁਹਾਡੇ ਨਾਲ ਕੁਝ ਕੁ ਸਮਾਂ ਬਹਿਣਾ, ਇਹ ਅੱਜ ਦੇ ਅਸੀਂ ਆਪਾਂ ਸਿੱਖਣਾ ਆ ਕਿ ਸਾਡਾ ਵਜੂਦ ਗੁਰੂ ਘਰ ਦਾ ਕੀ ਸੀਗਾ ਅਤੇ ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਸਿੱਖਣੀਆਂ ਆ ਇਤਿਹਾਸ ਦੇ ਵਿੱਚੋਂ ਇਹ ਗੱਲਾਂ। ਜਦੋਂ ਇਹ ਗੁਰੂ ਮਾਲਕ ਨਾਲ ਬਾਅਦ 'ਚੋਂ ਮੀਟਿੰਗ ਕਰਦਾ ਸੰਗਤ ਕਰਨ ਤੋਂ ਬਾਅਦ, ਕਹਿੰਦਾ, ਸਤਿਗੁਰ ਤੁਹਾਡੇ ਲੰਗਰਾਂ ਤੋਂ ਬੜਾ ਪ੍ਰਭਾਵਿਤ ਹੋਇਆ ਅਤੇ ਕਿਰਪਾ ਕਰਕੇ ਮੇਰੀ ਸੇਵਾ ਲਾ ਦਿਓ ਕਿ ਮੈਂ ਲੰਗਰ ਨੂੰ ਸਲਾਨਾ ਕੁਝ ਦੇਣਾ ਚਾਹੁੰਦਾ, ਕੋਈ ਲੱਖ ਰੁਪਈਆ, ਕੋਈ 2 ਲੱਖ ਰੁਪਈਆ ਮੈਂ ਸਲਾਨਾ ਲਾਉਣਾ ਚਾਹੁੰਦਾ ਹਾਂ ਕਿ ਲੰਗਰ ਵਿੱਚ ਮੇਰੀ 1 ਲੱਖ ਰੁਪਏ ਸੇਵਾ ਪਾ ਦਿਓ ਜੀ, 2 ਲੱਖ ਸੇਵਾ ਮੇਰੀ ਸਲਾਨਾ ਪਾ ਦਿਓ। ਹੁਣ ਸੁਣਿਓ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਜਵਾਬ। ਸਤਿਗੁਰ ਨੇ ਕਿਹਾ, ਨਹੀਂ ਭਾਈ, ਅਸੀਂ ਕਿਸੇ ਰਾਜੇ ਦੇ ਕੋਲੋਂ ਕੋਈ ਸਲਾਨਾ ਨਹੀਂ ਲੈਣਾ। ਧਿਆਨ ਦੇ ਕੇ ਸੰਗਤ ਜੀ ਸੁਣਿਓ, ਕਿਸੇ ਰਾਜੇ ਕੋਲੋਂ ਅਸੀਂ ਸਲਾਨਾ ਲੈ ਕੇ ਗੁਰੂ ਨਾਨਕ ਦੇ ਘਰ ਦਾ ਲੰਗਰ ਨਹੀਂ ਚਲਾਉਣਾ। ਰਾਜਾ ਅੱਜ ਹੈ ਅਤੇ ਰਾਜਾ ਕੱਲ੍ਹ ਨਹੀਂ ਹੋਏਗਾ, ਅਤੇ ਇੱਕ ਰਾਜਾ ਸਲਾਨਾ ਗੁਰੂ ਘਰ ਨੂੰ ਦੇ ਦੇਗਾ ਅਤੇ ਦੂਜਾ ਰਾਜਾ ਆ ਕੇ ਬੰਦ ਕਰ ਦੇਗਾ। ਅਸੀਂ ਗੁਰੂ ਘਰ ਦਾ ਲੰਗਰ ਅਸੀਂ ਕਿਸੇ ਰਾਜੇ ਦੇ ਸਿਰ 'ਤੇ ਨਹੀਂ ਚਲਾਉਣਾ। ਠੀਕ ਹੈ ਤੁਸੀਂ ਇਹ ਗੱਲ ਆਖੀ, ਤੁਹਾਡੇ ਇਸ ਗੱਲ ਲਈ ਸਤਿਕਾਰ ਹੈ, ਪਰ ਅਸੀਂ ਕਿਸੇ ਰਾਜਿਆਂ ਦੇ ਪੈਸੇ ਤੋਂ ਰਾਜੇ ਦੇ ਖਜ਼ਾਨੇ 'ਚੋਂ ਗੁਰੂ ਘਰ ਦੇ ਲੰਗਰ ਨਹੀਂ ਚਲਾਉਣੇ। ਇਹਨੇ ਨੂੰ ਹਜੇ ਗੱਲਬਾਤ ਕਰਦੇ ਸਨ ਅਤੇ ਅਕਬਰ ਨੇ ਪੁੱਛਿਆ, ਫਿਰ ਗੁਰੂ ਘਰ ਦਾ ਲੰਗਰ ਚੱਲਦਾ ਕਿੱਦਾਂ? ਧਿਆਨ ਦਿਓ, ਗੁਰੂ ਘਰ ਦੇ ਲੰਗਰ ਦੀ ਜਿਹੜੀ ਇੱਡੀ ਵੱਡੀ ਮਰਿਆਦਾ, ਇੱਥੇ ਹਜ਼ਾਰਾਂ ਲੋਕ ਛਕਦੇ ਆ, ਇਹ ਕਿਵੇਂ ਚੱਲਦਾ? ਇਹਨਾਂ ਨੂੰ ਇੱਕ ਬੱਚਾ ਆਇਆ ਅਤੇ ਉਹਨੇ ਇੱਕ ਕੋਡੀ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਦਿੱਤੀ।
ਸਤਿਗੁਰ ਨੇ ਗੋਡੀ ਫੜੀ ਅਤੇ ਮੇਰੇ ਮਾਲਕ ਨੇ ਮੱਥੇ ਨਾਲ ਲਾਈ ਅਤੇ ਸਤਿਗੁਰ ਨੇ ਆਪਣੇ ਕੋਲ ਰੱਖ ਲਈ। ਸਤਿਗੁਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਬਾਦਸ਼ਾਹ ਅਕਬਰ ਆ ਸੰਗਤਾਂ ਦਾ ਦਿੱਤਾ ਹੋਇਆ ਦਸਬੰਧ ਹੈ, ਬੇਸ਼ੱਕ ਕੋਡੀ ਹੈ, ਕੋਈ ਪੈਸਾ ਦੇ ਦੇਗਾ, ਕੋਈ ਕੋਡੀ ਦੇ ਦੇਗਾ, ਜਿੰਨੀ ਕਿਸੇ ਦੀ ਗੁੰਜਾਇਸ਼ ਹੈ ਉਹ ਗੁਰੂ ਘਰ ਦੇ ਕੇ ਜਾਂਦਾ ਆ। ਗੁਰੂ ਘਰ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਦਿੱਤੇ ਹੋਏ ਦਸਬੰਧ ਦੇ ਨਾਲ ਗੁਰੂ ਨਾਨਕ ਬਾਬੇ ਦੇ ਘਰ ਦਾ ਲੰਗਰ ਚੱਲਦਾ ਹੈ, ਕਿਸੇ ਰਾਜੇ ਦੇ ਦਿੱਤੇ ਹੋਏ ਪੈਸੇ ਨਾਲ ਲੰਗਰ ਨਹੀਂ ਚੱਲਦਾ। ਅੱਜ ਸਾਨੂੰ ਇਹ ਸਿੱਖਣਾ ਚਾਹੀਦਾ ਸੀ, ਉਹਦੀ ਵੀ ਮਿੰਨਤਾਂ ਕਰਦੇ, ਉਹਦੀ ਵੀ ਮਿੰਨਤਾਂ ਕਿ ਤੂੰ ਭਾਈ ਜ਼ਿੰਮੇਵਾਰੀ ਲੈ ਲਾ। ਨਹੀਂ, ਇਹ ਲੰਗਰ ਸੰਗਤ ਦਾ ਹੈ, ਸੰਗਤ ਨੇ ਚਲਾਉਣਾ ਹੈ। ਜਿੰਨਾ ਟਾਈਮ ਇਸ ਦੁਨੀਆਂ ਵਿੱਚ ਸੂਰਤ ਅਤੇ ਚੰਦ ਰਹਿਣਗੇ, ਇਹ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਦੇ ਬਦੌਲਤ, ਗੁਰੂ ਘਰ ਦੇ ਪ੍ਰਬੰਧ, ਗੁਰੂ ਘਰ ਦੇ ਲੰਗਰ ਚੱਲਦੇ ਰਹਿਣਗੇ। ਇਹ ਕਿਸੇ ਦੇ ਪਿਓ ਦੀ ਜ਼ਕੀਰ ਖੋੜੀ ਹੈ ਕਿ ਪਿਓ ਦੀ ਜ਼ਕੀਰ ਆ ਕਿ ਮੈਂ ਲੱਖ ਦੇਤਾ ਜੀ ਮੇਰੇ ਸਿਰ 'ਤੇ ਲੰਗਰ ਚੱਲਣਾ। ਨਹੀਂ, ਇਹ ਗੁਰੂ ਘਰ ਦੇ ਵਿੱਚ ਕੋਈ ਸੰਗਤ ਆਉਂਦੀ ਆ, ਕੋਈ 10 ਦੇ ਗਿਆ, ਕੋਈ 20 ਦੇ ਗਿਆ, ਕੋਈ 100 ਦੇ ਗਿਆ, ਇਹ ਹਮੇਸ਼ਾ ਇੱਦਾਂ ਹੀ ਚੱਲਦੇ ਰਹਿਣੇ ਆ। ਅਤੇ ਗੁਰੂ ਘਰ ਦੀਆਂ ਸੰਗਤਾਂ ਦੇ ਦਿੱਤੇ ਹੋਏ ਪੈਸੇ ਵਿੱਚ ਕਦੇ ਤੋਟ ਨਹੀਂ ਆਉਂਦੀ, ਹਮੇਸ਼ਾ ਬਰਕਤ ਪੈਣੀ ਹੈ, ਕਿਉਂਕਿ ਦਸਬੰਧ ਦਸਾਂ ਨੂੰਹਾਂ ਦੀ ਕਿਰਤ ਕਮਾਈ ਦਾ ਆਉਂਦਾ ਆ। ਅਕਬਰ ਬੜਾ ਹੈਰਾਨ ਹੋਇਆ। ਹੁਣ ਅਕਬਰ ਨੇ ਅਗਲੀ ਗੱਲ ਕਹੀ, ਕਹਿੰਦਾ ਲੰਗਰ ਦੀ ਸੇਵਾ ਨਹੀਂ ਲੈਣੀ, ਅਤੇ ਕਹਿੰਦਾ ਕੰਮ ਕਰੋ, ਕੋਈ ਹੋਰ ਸੇਵਾ ਦੇ ਦਿਓ। ਹੁਣ ਇਹ ਗੱਲਾਂ ਸਾਡੇ ਲੋਕਾਂ ਨੂੰ ਨਹੀਂ ਪਤਾ ਜੋ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਡੇ ਲਈ ਕੀਤੀਆਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਠੀਕ ਹੈ ਜੇ ਹੋਰ ਸੇਵਾ ਦੇਣੀ ਹੈ ਨਾ, ਅਤੇ 2-4 ਗੱਲਾਂ ਤੇਰੇ ਨਾਲ ਕਰਨੀਆਂ, ਅਤੇ ਇਹ ਗੱਲਾਂ ਸਾਡੀਆਂ ਮੰਨ ਲੈ। ਪਹਿਲੀ ਗੱਲ, ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਕਿ ਤੇਰੇ ਰਾਜ ਦੇ ਵਿੱਚ ਸਤੀ ਪ੍ਰਥਾ ਚੱਲਦੀ ਹੈ, ਇਹਨੂੰ ਬੰਦ ਕਰਾ। ਅੱਜ ਗੋਰਿਆਂ ਨੇ ਇਸ ਗੱਲ ਦਾ ਲੈ ਲਿਆ ਕ੍ਰੈਡਿਟ ਕਿ ਸਾਡਿਆਂ ਨੇ ਬੰਦ ਕਰਾਈ ਹੈ, ਉਹ ਕਿ ਅਸੀਂ ਦੱਸ ਹੀ ਨਹੀਂ ਸਕੇ। ਗੁਰੂ ਅਮਰਦਾਸ ਪਾਤਸ਼ਾਹ ਨੇ ਬੰਦ ਕਰਾਈ ਹੈ ਕਿ ਜਦੋਂ ਬੰਦਾ ਮਰਦਾ ਸੀ ਨਾਲ ਹੀ ਉਹਦੀ ਘਰਵਾਲੀ ਨੂੰ ਫੂਕ ਦਿੰਦੇ ਸੀਗੇ, ਹਜੇ 4 ਦਿਨ ਵਿਆਹ ਨਹੀਂ ਹੋਏ ਹੋਵੇ ਅਤੇ ਬੰਦਾ ਮਰ ਗਿਆ ਅਤੇ ਨਾਲੇ ਜਨਾਨੀ ਨੂੰ ਵੀ ਅੱਗ ਲਾ ਦੇਣੀ ਹੈ। ਪਰ ਮੇਰੇ ਮਾਲਕ ਨੇ ਕਿਹਾ ਜੇ ਬੰਦ ਕਰਾਉਣੀ ਹੈ ਸਤੀ ਪ੍ਰਥਾ ਬੰਦ ਕਰ, ਜੇ ਕੋਈ ਬੰਦਾ ਮਰ ਗਿਆ ਅਤੇ ਨਾਲ ਉਹਦੀ ਘਰਵਾਲੀ ਨੂੰ ਫੂਕਣਾ ਨਹੀਂ ਹੈ, ਤੇਰੇ ਰਾਜ ਦੇ ਵਿੱਚ ਕਾਨੂੰਨ ਚੱਲਦਾ ਅਤੇ ਇਸ ਚੀਜ਼ ਨੂੰ ਬੰਦ ਕਰਾ। ਸਤੀ ਪ੍ਰਥਾ ਦੇ ਉੱਤੇ ਰੋਕ ਲਾਉਣ ਵਾਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸੀ, ਦੱਸ ਨਹੀਂ ਸਕੇ ਲੋਕਾਂ ਨੂੰ। ਦੂਜੀ ਗੱਲ, ਪੂਰਨ ਵਿਆਹ, ਘਰਵਾਲਾ ਮਰ ਗਿਆ ਅਤੇ ਮੁੜ ਕੇ ਘਰਵਾਲੀ ਵਿਧਵਾ ਹੋ ਗਈ, ਉਹਦਾ ਵਿਆਹ ਨਹੀਂ ਹੁੰਦਾ ਸੀ, ਅਤੇ ਗੁਰੂ ਮਾਲਕ ਨੇ ਕਿਹਾ ਕਿ ਇਹ ਮੁੜ ਕੇ ਔਰਤ ਵਿਆਹ ਕਰਵਾ ਸਕਦੀ ਹੈ, ਇਹ ਵੀ ਤੂੰ ਕਾਨੂੰਨ ਪਾਸ ਕਰ। ਜੇ ਤੂੰ ਸੇਵਾ ਚਾਹੁੰਦਾ ਨਾ ਕੁਝ, ਇਹ ਵੀ ਤੂੰ ਕਾਨੂੰਨ ਪਾਸ ਕਰ। ਗੁਰੂ ਅਮਰਦਾਸ ਪਾਤਸ਼ਾਹ ਨੇ ਉਹ ਕਾਨੂੰਨ ਵੀ ਪਾਸ ਕਰਵਾਇਆ, ਅਤੇ ਗੁਰੂ ਮਾਲਕ ਨੇ ਇਹ ਨਹੀਂ ਇਕੱਲਾ ਰਿਹਾ ਜੀ, ਅਤੇ ਸਤਿਗੁਰ ਨੇ ਫਿਰ ਘੁੰਡ ਕੱਢਣ ਦੀ ਪ੍ਰਥਾ, ਔਰਤ ਨੂੰ ਨੀਵਾਂ ਸਮਝਿਆ ਜਾਂਦਾ ਸੀ। ਬਾਬੇ ਨਾਨਕ ਨੇ ਉਦਣ ਵੀ ਗੱਲ ਆਖੀ, ਦੁਨੀਆਂ ਨੇ ਔਰਤ ਦੇ ਮੁੱਖ 'ਤੇ ਕਲਮ ਚਲਾਈ ਅਤੇ ਬਾਬੇ ਨਾਨਕ ਨੇ ਔਰਤ ਦੀ ਕੁੱਖ 'ਤੇ ਕਲਮ ਚਲਾਈ। ਸਾਨੂੰ ਪਤਾ ਹੀ ਨਹੀਂ ਹੈ, ਬਾਬੇ ਨਾਨਕ ਦੀ ਪਹਿਲੀ ਕਲਮ ਸੀਗੀ। ਇੱਥੇ ਤੱਕ ਦੁਨੀਆਂ ਦੇ ਲੋਕਾਂ ਨੇ ਵੱਡੇ ਵੱਡੇ ਧਾਰਮਿਕ ਦੇ ਗ੍ਰੰਥਾਂ 'ਚ ਗੱਲ ਲਿਖੀ ਹੋਈ ਹੈ ਕਿ ਔਰਤ ਰੱਬ ਦੀ ਇੱਕ ਹੁਸੀਨ ਗਲਤੀ ਹੈ, ਮਾਫ਼ ਕਰਿਓ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੈ, ਇੱਥੋਂ ਤੱਕ ਸ਼ਬਦ ਵਰਤੇ ਗਏ। ਪਰ ਬਾਬਾ ਨਾਨਕ ਪਹਿਲਾ ਸੀ, ਜਿਸ ਬਾਬੇ ਨਾਨਕ ਨੇ ਕਿਹਾ ਸੀਗਾ, ਸੋ ਕਿਉਂ ਮੰਦਾ ਆਖੀਆ ਜਿਤ ਜੰਮੇ ਨਾ ਜਾਣ। ਹੋਰ ਸੁਣਿਓ, ਔਰਤ ਨੂੰ ਬਾਬੇ ਨਾਨਕ ਨੇ ਕਿੱਥੇ ਖੜਾ ਕੀਤਾ? ਜਿੱਦਣ ਗੁਰੂ ਨਾਨਕ ਬਾਬਾ ਪ੍ਰਚਾਰ ਫੇਰੀ 'ਤੇ ਚੱਲਿਆ ਅਤੇ ਬੇਬੇ ਨਾਨਕੀ ਤੋਂ ਪੈਸੇ ਲਿੱਤੇ, ਬੇਬੇ ਤੂੰ ਪੈਸੇ ਦੇ, ਤੇਰੇ ਪੈਸੇ ਦੀ ਰਵਾਬ ਲੈ ਕੇ ਆਉਣੀ ਹੈ। ਬਾਬੇ ਕੋਲ ਪੈਸੇ ਨਹੀਂ ਸੀ, ਬਾਬਾ ਮੋਦੀਖਾਨੇ 'ਚ ਕੰਮ ਕਰਕੇ ਆ, ਪਟਵਾਰੀ ਦਾ ਪੁੱਤਰ ਹੋਵੇ ਅਤੇ ਬਾਬੇ ਕੋਲ ਪੈਸੇ ਨਾ ਹੋਣ ਰਵਾਬ ਵਾਸਤੇ? ਅਤੇ ਭਾਈ ਮਰਦਾਨੇ ਨੇ ਪੁੱਛਿਆ, ਬੇਬੇ ਨਾਨਕੀ ਤੋਂ ਪੈਸੇ ਕਿਉਂ ਲਿੱਤੇ? ਅਤੇ ਗੁਰੂ ਨਾਨਕ ਬਾਬੇ ਨੇ ਕਿਹਾ, ਅਕਾਲ ਪੁਰਖ ਦੀ ਬਾਣੀ ਹੋਏਗੀ, ਗਾਉਣੀ ਤੁਸੀਂ ਅਤੇ ਮੈਂ ਆ ਮਰਦਾਨੇ ਆ, ਅਤੇ ਬੇਬੇ ਨਾਨਕ ਦੀ, ਬੇਬੇ ਨਾਨਕੀ ਦੀ ਪੈਸੇ ਦੀ ਖਰੀਦੀ ਹੋਈ ਰਬਾਬ ਹੋਏਗੀ।
ਅਤੇ ਬੇਬੇ ਨਾਨਕੀ ਦਾ ਵੀ ਪ੍ਰਚਾਰ ਵਿੱਚ ਪੂਰਾ ਯੋਗਦਾਨ ਪੈ ਗਿਆ ਆ। ਇਹ ਬਾਬੇ ਨਾਨਕ ਦੀ ਸੋਚ ਸੀ, ਜਦੋਂ ਹੁਣ ਗੁਰਬਾਣੀ ਆਉਂਦੀ ਸੀ ਅਤੇ ਜਿਹੜੀ ਰਬਾਬ ਛਿੜਦੀ ਸੀ ਉਹ ਬੇਬੇ ਨਾਨਕੀ ਦੇ ਪੈਸਿਆਂ ਦੀ ਰਬਾਬ ਸੀ ਕਿ ਕੱਲ੍ਹ ਸੱਚ ਦਾ ਪ੍ਰਚਾਰ ਹੋ ਰਿਹਾ ਅਤੇ ਬੇਬੇ ਨਾਨਕੀ ਦੀ ਦਿੱਤੀ ਹੋਈ ਰਬਾਬ ਸੱਚ ਦੇ ਪ੍ਰਚਾਰ ਵਿੱਚ ਪੂਰਾ ਯੋਗਦਾਨ ਪਾ ਰਹੀ ਹੈ। ਬਾਬੇ ਨਾਨਕ ਦੀ ਸੋਚ ਹੈ। ਦੁਨੀਆਂ ਨੇ ਕਿਹਾ ਕਿ ਪਰਦੇ 'ਚ ਰੱਖੋ ਔਰਤ ਨੂੰ, ਅਤੇ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਪਣੀ ਧਰਮ ਪਤਨੀ ਨੂੰ ਮਾਤਾ ਖੀਵੀ ਨੂੰ ਲੰਗਰ ਦਾ ਇੰਚਾਰਜ ਬਣਾਇਆ ਕਿ ਤੁਸੀਂ ਲੰਗਰ ਦੀ ਸੇਵਾ ਕਰਨੀ ਹੈ। ਇਹ ਪਹਿਲੀ ਵਾਰ ਦੁਨੀਆਂ ਵਿੱਚ ਹੋਇਆ ਸੀਗਾ ਕਿ ਦੇਸੀ ਘੀ ਦੀ ਖੀਰ ਮਾਤਾ ਖੀਵੀ ਦੇ ਲੰਗਰਾਂ ਵਿੱਚੋਂ ਚੱਲਦੀ ਹੁੰਦੀ ਸੀ। ਔਰਤ ਨੂੰ ਅਗਾਂਹ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਨੇ, ਔਰਤ ਦੇ ਹੱਕ ਦੇ ਵਿੱਚ ਐਡੀ ਵੱਡੀ ਆਵਾਜ਼ ਬੁਲੰਦ ਕੀਤੀ ਕਿ ਪਰਦੇ ਵਿੱਚ ਔਰਤ ਕਿਉਂ ਰਵੇ ਭਾਈ, ਜਦੋਂ ਮਰਦ ਪਰਦੇ ਵਿੱਚ ਨਹੀਂ ਰਹਿੰਦਾ ਅਤੇ ਔਰਤ ਨੂੰ ਪਰਦੇ ਵਿੱਚ ਰੱਖਣ ਦਾ ਕੋਈ ਹੱਕ ਨਹੀਂ ਹੈ। ਛੋਟੀ ਜਿਹੀ ਗੱਲ ਕਹਿੰਦੇ ਹਾਂ, ਵਿਆਹ ਦੇ ਵਿੱਚ ਇੱਕ ਰਸਮ ਚੱਲਦੀ, ਜਦੋਂ ਅਸੀਂ ਵਿਆਹ ਹੁੰਦੇ ਨਾ ਸਾਡੇ ਆਮ, ਅਤੇ ਉਹ ਲਾੜੇ ਦੀਆਂ ਜਿਹੜੀਆਂ ਸਾਲੀਆਂ ਹੁੰਦੀਆਂ ਉਹ ਜੁੱਤੀ ਚੱਕ ਲੈਂਦੀਆਂ ਲਾੜੇ ਦੀਆਂ, ਅਤੇ ਅੱਜ ਤਾਂ ਚਲੋ ਗੱਲਬਾਤ ਇੱਥੇ ਮੁੱਕ ਜਾਂਦੀ ਹੈ, 1000 ਦੇ ਦਿਉ, 1500 ਦੇ ਦਿਉ, 2000 ਦੇ ਦਿਓ, ਪਰ ਇਹਦੇ ਪਿੱਛੇ ਕੰਸੈਪਟ ਬਹੁਤ ਵੱਡਾ। ਇਹ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ੁਰੂ ਕੀਤਾ, ਨਹੀਂ ਸਾਨੂੰ ਪਤਾ। ਜਦੋਂ ਮੱਥੋਂ ਅਤੇ ਮਰਾਰੀ ਦਾ ਮੈਂ ਗੱਲ ਅਗਾਂਹ ਕਰਾਂਗਾ, ਜਦੋਂ ਮੱਥੋਂ ਅਤੇ ਮਰਾਰੀ ਦਾ ਵਿਆਹ ਹੋਇਆ ਅਤੇ ਮੇਰੇ ਮਾਲਕ ਨੇ ਮਰਾਰੀ ਨੂੰ ਇੱਕ ਜੁੱਤੀ ਦਿੱਤੀ ਸੀਗੀ, ਅਤੇ ਮੇਰੇ ਮਾਲਕ ਨੇ ਕਿਹਾ ਜਾ, ਅਤੇ ਮਰਾਰੀ ਨੇ ਆਖਿਆ ਸੀ ਬਾਪੂ ਇੱਕ ਜੁੱਤੀ ਪਾ ਕੇ ਕਿਵੇਂ ਜਾਵਾਂਗਾ, ਇੱਕ ਜੁੱਤੀ ਨਾਲ ਕੋੜੀ ਤੁਰਾਂਗਾ। ਅਤੇ ਬਾਪੂ ਕਹਿੰਦਾ ਤੁਰਨਾ ਹੀ ਹੈ, ਇੱਕ ਜੁੱਤੀ ਪਾ ਕੇ ਤੁਰ ਲਾ। ਕਹਿੰਦਾ ਇੱਕ ਜੁੱਤੀ ਪਾ ਕੇ ਦੁਨੀਆ ਮਜ਼ਾਕ ਬਣਾਏਗੀ, ਇੱਕ ਚੱਪਲ ਪਾ ਕੇ ਤੁਰਿਆ ਫਿਰਦਾ, ਕਮਲਾ ਤੁਰਿਆ ਫਿਰਦਾ। ਜੇ ਇੱਕ ਜੁੱਤੀ ਨਾਲ ਤੁਰਾਂਗਾ ਤਾਂ ਇੱਕ ਪੈਰ ਛੋਟਾ ਹੋ ਗਿਆ ਅਤੇ ਇੱਕ ਵੱਡਾ ਹੋ ਗਿਆ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਇੱਕ ਜੁੱਤੀ ਨਾਲ ਤੁਰਨਾ ਔਖਾ? ਕਹਿੰਦੇ ਹਾਂਜੀ ਬਿਲਕੁਲ ਔਖਾ ਆ। ਦੋ ਜੋ ਜੁੱਤੀਆਂ ਤੈਨੂੰ ਮਿਲ ਗਈਆਂ, ਪੂਰਾ ਜੋੜਾ ਹੋ ਗਿਆ, ਫਿਰ ਸੌਖਾ? ਕਹਿੰਦਾ ਸੌਖਾ, ਗੁਰੂ ਮਾਲਕ ਨੇ ਦਿੱਤੀਆਂ। ਸਤਿਗੁਰ ਨੇ ਉੱਥੇ ਗੱਲ ਆਖੀ ਸੀ, ਜਿਵੇਂ ਇੱਕ ਜੁੱਤੀ ਲੈ ਕੇ ਤੁਰਨਾ ਔਖਾ, ਇਸੇ ਤਰ੍ਹਾਂ ਇੱਕ ਸੋਚ ਲੈ ਕੇ ਤੁਰਨਾ ਔਖਾ। ਅਤੇ ਤੂੰ ਕਵੇ ਜੀ ਮੈਂ ਮਰਦਿਆਂ ਮੈਂ ਜਨਾਨੀ ਦੀ ਸੋਚ ਨਹੀਂ ਲੈਣੀ, ਜਨਾਨੀ ਨੂੰ ਕੀ ਪਤਾ ਜੀ, ਕੰਮਾਂ ਵਿੱਚ ਨਹੀਂ ਬੋਲਣਾ ਜੀ, ਦੁਨੀਆਂ 'ਚ ਨਹੀਂ ਵਿਚਰਨਾ। ਜੇ ਦੁਨੀਆਂ 'ਚ ਵਿਚਰਨਾ ਤੇਰੇ ਨਾਲ ਉਹ ਵਿਆਹੀ ਗਈ ਹੈ, ਜਿੱਥੇ ਤੂੰ ਖੜਾ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨੇ ਨਾਲ ਖੜਨਾ। ਤੂੰ ਇਹ ਨਾ ਕਵੀ ਜੀ ਮੈਂ ਮਰਦ ਪ੍ਰਧਾਨ ਹੈ, ਨਹੀਂ, ਔਰਤ ਵੀ ਪੂਰੀ ਹੱਕਦਾਰ ਹੈ ਆਪਣੀ ਗੱਲ ਕਰਨ ਵਾਸਤੇ। ਇਹ ਗੱਲ ਜਦੋਂ ਮੰਨੀ ਜਾਂਦੀ ਸੀ ਫਿਰ ਦੂਜੀ ਜੁੱਤੀ ਦਿੱਤੀ ਜਾਂਦੀ ਸੀਗੀ, ਪਰ ਅੱਜ ਕੁਛ ਇਹਦਾ ਕੰਸੈਪਟ ਹੋਰ ਬਣ ਗਿਆ। ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਸੀਗਾ ਕਿ ਧਨ ਪਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ, ਕਿ ਦੋਨਾਂ ਦੀ ਸੋਚ ਇੱਕ ਹੋਏਗੀ ਤਾਂ ਪਤੀ ਪਤਨੀ ਹੈ। ਪਤਨੀ ਦੀ ਸੋਚ ਹੋਰ ਹੋਵੇ ਅਤੇ ਪਤੀ ਦੀ ਸੋਚ ਹੋਰ ਹੋਵੇ, ਪਤੀ ਕਵੇ ਮੈਂ ਮਰਦ ਪ੍ਰਧਾਨ, ਤੈਨੂੰ ਕੀ ਪਤਾ ਆ? ਨਹੀਂ, ਔਰਤ ਨੂੰ ਬਰਾਬਰ ਖੜਾ ਕਰਨ ਵਾਲੇ, ਔਰਤ ਨੂੰ ਬਰਾਬਰ ਦਰਜਾ ਦੇਣ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਘੁੰਡ ਪ੍ਰਥਾ ਬੰਦ ਕਰਵਾ ਦੀ ਕਿ ਔਰਤ ਪਰਦੇ 'ਚ ਨਹੀਂ ਰਹੇਗੀ। ਇਹ ਰਾਮ ਬਾਦਸ਼ਾਹ ਨੂੰ ਕਿਹਾ ਬੈਠਾ ਹੋਇਆ ਉੱਥੇ ਬਾਦਸ਼ਾਹ ਅਕਬਰ, ਵੀ ਜੇ ਕਰਨਾ ਸਤੀ ਪ੍ਰਥਾ ਬੰਦ ਕਰਾ, ਜੇ ਬੰਦ ਕਰਾਉਣਾ ਅਤੇ ਸ਼ੁਰੂ ਕਰਾਉਣਾ ਅਤੇ ਇਹ ਜਿਹੜਾ ਵਿਧਵਾ ਵਿਆਹ ਸ਼ੁਰੂ ਕਰਵਾ, ਸਤੀ ਪ੍ਰਥਾ ਤੋਂ ਬਾਅਦ ਮੇਰੇ ਮਾਲਕ ਨੇ ਘੁੰਡ ਵਾਲੀ ਰਸਮ ਵੀ ਬੰਦ ਕਰ, ਇੱਥੋਂ ਤੱਕ ਬਸ ਨਹੀਂ ਹੋਈਗਾ। ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ, ਜੋ ਦਰਬਾਰ ਸਾਹਿਬ ਤੁਸੀਂ ਅੱਜ ਦੇਖਦੇ ਹੋ ਨਾ, 1577 ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਪਹਿਲਾ ਟੱਕ ਲਾਇਆ। ਇਹ ਉਹ ਥਾਂ ਆ ਜਿੱਥੇ ਬਾਬਾ ਬੁੱਢਾ ਜੀ ਪਹਿਲੀ ਵਾਰ ਗੁਰੂ ਨਾਨਕ ਨੂੰ ਮਿਲੇ, ਇਸੇ ਥਾਂ ਦੇ ਉੱਤੇ ਗੁਰੂ ਅੰਗਦ ਦੇਵ ਪਾਤਸ਼ਾਹ ਵੀ ਆਏ, ਇਸੇ ਥਾਂ 'ਤੇ ਬਾਪੂ ਨੇ ਟੱਕ ਲਾਇਆ ਜਿੱਥੇ ਅੱਜ ਸਰੋਵਰ ਸੰਤੋਖ ਸਰ ਹੈ, ਅਤੇ ਇਸ ਸਰੋਵਰ ਨੂੰ ਅਗਾਂਹ ਜਾ ਕੇ ਲੱਗੇ ਹੋਏ ਟੱਕ ਨੂੰ ਉਹਦੇ ਵਿੱਚ ਸਰੋਵਰ ਗੁਰੂ ਰਾਮਦਾਸ ਪਾਤਸ਼ਾਹ ਨੇ ਬਣਾਇਆ, ਉਹਦੇ ਵਿੱਚ ਫਿਰ ਇਮਾਰਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਣਾਈ।
ਕਈਆਂ ਦੀ ਦੇਣ ਹੈ, ਹਰਿਮੰਦਰ ਸਾਹਿਬ ਕਈ ਗੁਰੂਆਂ ਦੀ ਦੇਣ ਹੈ। ਗੁਰੂ ਪਾਤਸ਼ਾਹ ਨੇ ਟੱਕ ਲਵਾਇਆ, ਗੁਰੂ ਅਮਰਦਾਸ ਪਾਤਸ਼ਾਹ ਨੇ, ਮੇਰੇ ਮਾਲਕ ਨੇ ਇੱਥੇ ਤੱਕ ਵੱਸ ਨਹੀਂ ਕੀਤੀ। ਸਤਿਗੁਰ ਨੇ 885 ਸ਼ਬਦ ਗੁਰੂ ਗ੍ਰੰਥ ਸਾਹਿਬ ਮਾਲਕ ਵਿੱਚ ਦਰਜ ਆ 17 ਰਾਗਾਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੇ, ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਏ ਹਾਂ। ਸੋ ਮੇਰਾ ਕਹਿਣ ਦਾ ਭਾਵ, ਸੰਗਤ ਜੀ, ਆਪਣੇ ਗੁਰੂ ਲਈ ਇੰਨੀ ਤਾਂ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡੇ ਲਈ ਸਾਡੇ ਗੁਰੂ ਨੇ ਕੀਤਾ ਕੀ ਹੈ। ਜਦੋਂ ਅਕਬਰ ਵਰਗਿਆਂ ਦੇ ਕੋਲ ਸ਼ਿਕਾਇਤਾਂ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਧਰਮ ਦੀ ਤੋਹੀਨ ਹੈ, ਬਾਬੇ ਜੇਠੇ ਨੂੰ ਭੇਜ ਕੇ ਬਾਪੂ ਨੇ ਸਾਰੀਆਂ ਉਹ ਗੱਲਾਂ ਕਲੀਅਰ ਕਰਾਈਆਂ ਕਿ ਇੱਥੇ ਤਾਂ ਆਵਾਜ਼ ਆਏਗੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਥੇ ਤਾਂ ਆਵਾਜ਼ ਆਉਂਦੀ ਹੈ ਕਿ ਭਾਈ ਸਾਰੇ ਇੱਕ ਪਰਮਾਤਮਾ ਦੇ ਬੱਚੇ, ਇੱਕ ਪਿਤਾ, ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਇੱਥੇ ਤਾਂ ਰੱਬ ਦੀ ਗੱਲ ਹੋ ਰਹੀ ਹੈ, ਸਾਰੀ ਇਨਸਾਨਾਂ ਦੀ, ਇਨਸਾਨੀ ਦੀ ਗੱਲ ਹੋ ਰਹੀ ਹੈ। ਇਹ ਸਾਡਾ ਧਰਮ ਕਿਸੇ ਵੀ ਪੈਗੰਬਰ, ਕਿਸੇ ਔਲੀਏ ਦੀ ਤੋਹੀਨ ਨਹੀਂ ਕਰਦਾ। ਸੁਣਿਓ ਸੰਗਤ ਜੀ, 22 ਮੰਜੀਆਂ ਮੇਰੇ ਮਾਲਕ ਨੇ ਦਿੱਤੀਆਂ ਗੁਰੂ ਅਮਰਦਾਸ ਪਾਤਸ਼ਾਹ ਨੇ।